ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਸਾਡਾ ਗੁਰਦੁਆਰਾ ਸੰਤ ਬਾਬਾ ਸਰਜਾ ਸਿੰਘ ਜੀ ਪਿੰਡ ਭਈ ਜ਼ਿਲ੍ਹਾ ਕਪੂਰਥਲਾ, ਜਿੱਥੇ ਕਿ ਹਰ ਸਾਲ ਮਾਘ ਮਹੀਨੇ ਦੀ ਸੰਗਰਾਂਦ ਵਾਲੇ ਦਿਨ, ਜਿਸ ਦਿਨ ਮੁਕਤਸਰ ਸਾਹਿਬ ਵਿਖੇ 40 ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਜੋੜ ਮੇਲਾ ਸਾਡੇ ਵੱਡੇ ਵਡੇਰਿਆਂ ਤੋਂ ਕਾਫੀ ਲੰਬੇ ਅਰਸੇ ਤੋਂ ਇਹ ਖੂਹ ਦੌੜਾਂ ਦਾ ਮੇਲਾ ਕਰਾਇਆ ਜਾਂਦਾ, ਜਿਸ ਦਾ ਕਿ ਹਰ ਸਾਲ ਕੋਈ 60 ਤੋਂ ਲੈ ਕੇ 80 ਤੱਕ ਬਲਦਾਂ ਦੀਆਂ ਜੋ ਜੋਟੀਆਂ ਆਉਂਦੀਆਂ ਹਨ ਦੌੜਨ ਵਾਸਤੇ, ਉਹਨਾਂ ਦੀ ਐਂਟਰੀ ਹੁੰਦੀ ਹੈ। ਕੱਲ੍ਹ ਨੂੰ ਵੀ 14 ਜਨਵਰੀ ਨੂੰ ਇਹ ਜੋ ਮੇਲਾ ਹੈ ਪੰਜਾਬ ਦੇ ਖੂਹ ਦੌੜਾਂ ਦੇ ਵਿੱਚ ਅੱਜ ਕੱਲ੍ਹ ਇਹ ਪਹਿਲੇ ਨੰਬਰ 'ਤੇ ਮੁਕਾਮ ਰੱਖਦਾ, ਜਿਸ ਵਿੱਚ ਪਹਿਲੇ, ਦੂਜੇ, ਤੀਜੇ ਤੋਂ ਲੈ ਕੇ 20ਵੇਂ ਨੰਬਰਾਂ ਤੱਕ, ਕਦੀ ਅਲਟੋ ਕਾਰ ਪਹਿਲੇ ਨੰਬਰ 'ਤੇ, ਕਦੀ ਫੋਰ ਟਰੈਕਟਰ, ਇਸ ਵਾਰ 4 ਬੁਲਟ ਮੋਟਰਸਾਈਕਲ ਅਤੇ 14 ਦੂਸਰੇ ਮੋਟਰਸਾਈਕਲ ਦਿੱਤੇ ਜਾਣੇ ਹਨ। ਇਹ ਦੌੜਾਂ ਕੱਲ੍ਹ ਸਵੇਰੇ 10 ਵਜੇ ਆਰੰਭ ਹੋ ਜਾਣੀਆਂ ਹਨ। 3 ਮਿੰਟ ਦੇ ਜਿਹੜੀ ਵੀ ਯੋਗ 35 ਗੇੜੇ ਕਰੇਗੀ ਉਹਨੂੰ ਕੁਆਲੀਫਾਈ ਕੀਤਾ ਜਾਂਦਾ ਔਰ 7 ਮਿੰਟ ਦਾ ਟਾਈਮ ਦਿੱਤਾ ਜਾਂਦਾ। ਬਹੁਤ ਹੀ ਇਹ ਪੰਜਾਬ ਭਰ ਦਾ ਮੇਲਾ ਹਰ ਸਾਲ ਇਸੇ ਤਰ੍ਹਾਂ ਹੀ ਬੜੀ ਧੂਮਧਾਮ ਦੇ ਨਾਲ ਪਿੰਡ ਦੀ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਨੌਜਵਾਨ ਸਭਾ, NRI ਵੀਰਾਂ ਅਤੇ ਸਮੁੱਚੀ ਸਾਧ ਸੰਗਤ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ ਜੀ। 4 ਬੁਲਟ ਮੋਟਰਸਾਈਕਲ ਆਉਣੇ ਆ, 13 ਮੋਟਰਸਾਈਕਲ, 13 ਅਤੇ 4 17 ਇਹ ਨਾਮ ਹੋਣੇ ਆ ਜੀ। ਪਹਿਲੇ, ਦੂਸਰੇ, ਤੀਸਰੇ, ਚੌਥੇ ਅਤੇ 5ਵੇਂ ਨੰਬਰ 'ਤੇ ਜੋ ਵੀ ਯੋਗਾਂ ਆਉਣਗੀਆਂ ਉਹਨਾਂ ਨੂੰ ਇੱਕ ਇੱਕ ਦੇਸੀ ਘਿਓ ਦਾ ਟੀਨ ਨਾਲ ਮੋਮੈਂਟੋ, ਸਰੋਪੇ ਅਤੇ ਨਕਦੀ ਇਨਾਮ ਦਿੱਤੇ ਜਾਂਦੇ ਆ ਜੀ। ਮੌਕੇ 'ਤੇ ਵੀ ਜੋ ਸੰਗਤਾਂ ਵੱਲੋਂ, ਜੋ ਸ਼ੌਂਕ ਰੱਖਦੇ ਬਲਦਾਂ ਦਾ, ਉਹਨਾਂ ਵੱਲੋਂ ਬੜੇ ਦਿਲ ਖਿੱਚਵੇਂ ਇਨਾਮ, ਜਿਹੜਾ ਚੰਗਾ ਹਕਾਵਾ ਹੋਵੇ, ਵਧੀਆ ਹਕਾਈ ਕਰੇ, ਉਸ ਨੂੰ ਵੀ ਸਪੈਸ਼ਲ ਇਨਾਮ ਦਿੱਤੇ ਜਾਂਦੇ ਹੈ ਜੀ। ਕੋਈ ਵਿਤਕਰਾ ਨਹੀਂ, ਨਾ ਬਲਦ ਦਾ ਨਾ ਝੋਟੇ ਦਾ, ਚਾਹੇ ਦੋਵੇਂ ਬਲਦ ਹੋਣ, ਚਾਹੇ ਦੋਵੇਂ ਝੋਟੇ ਹੋਣ, ਚਾਹੇ ਝੋਟਾ ਹੋਵੇ ਚਾਹੇ ਬਲਦ ਹੋਵੇ, ਕੋਈ ਵੀ ਇਹ ਸਾਡੀ ਪਸ਼ੂਆਂ ਦੀ ਕਿਸਮ ਵਿੱਚੋਂ ਦੌੜਨ ਵਾਲਾ ਜਿਹੜਾ ਆ, ਕੋਈ ਵਿਤਕਰਾ ਨਹੀਂ। ਹਰ ਇੱਕ ਜਿਹੜਾ ਆਪਣੀ ਜੋਗ ਸਕਦਾ, ਪਰ ਇੱਕ ਵਾਰ ਜਿਹੜਾ ਪੈੜ ਵਿੱਚ ਪਸ਼ੂ ਜੁਗ ਜਾਂਦਾ ਉਹਨੂੰ ਅਸੀਂ ਦੁਬਾਰਾ ਨਹੀਂ ਜੋੜਨ ਦਿੰਦੇ। ਪਿੰਡ ਢਪਈ, ਜ਼ਿਲ੍ਹਾ ਕਪੂਰਥਲਾ, ਇਹ ਸਾਡੇ ਪਿੰਡ ਜਿਹੜਾ ਮਾਘੀ ਦਾ ਮੇਲਾ ਆ, ਇਹ 40 ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ। ਇਹ ਸਾਡੇ ਬਜ਼ੁਰਗ ਮਿਲਾਉਂਦੇ ਸੀ, ਸਾਨੂੰ ਨਹੀਂ ਪਤਾ ਕਦੋਂ ਦਾ ਸ਼ੁਰੂ ਆ ਕਦੋਂ ਦਾ ਨਹੀਂ। ਸਾਡੇ ਸੰਤ ਬਾਬਾ ਸਰਜਾ ਸਿੰਘ ਜੀ, ਉਹਨਾਂ ਨੇ ਸ਼ੁਰੂ ਕੀਤਾ ਸੀਗਾ, ਉਹ ਅਸੀਂ ਲਗਾਤਾਰ ਇਹਦਾ ਹਰ ਸਾਲ ਚੱਲਦਾ ਆ ਔਰ ਹਰ ਸਾਲ ਇਹ ਉੱਪਰ ਨੂੰ ਜਾਣ ਡਿਆ ਮੇਲਾ। ਸਾਡਾ ਹੁਣ ਪੰਜਾਬ 'ਚ ਪਹਿਲੇ ਨੰਬਰ 'ਤੇ ਮੇਲਾ ਇਹੋ, ਜਿੰਨੇ ਇਨਾਮ ਇੱਥੇ ਸਾਡੇ ਗੁਰਦੁਆਰੇ ਹੈਗੇ ਆ, ਇੰਨੇ ਕਿਤੇ ਮੇਲੇ 'ਚ ਇਨਾਮ ਨਹੀਂ ਹੈ।